ਏ ਆਕਾਸ਼ਵਾਨੀ ਜਮੂਏ ਹੁਣ ਚੰਦਰਗਣ ਸ਼ਰਮਾ ਕੋਲ ਖਬਰਾਂ ਸੁਨੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੋਰ ਨੇ ਸੈਨਾ ਦੇ ਅਗਨੀਵੀਰਾਂ ਦੇ ਪਹਿਲੇ ਬੈਚ ਕੀ ਸੰਬੋਧਿਤ ਕੀਤਾ ਉਹਨੇ ਆਖਿਆ ਜੇ ਅਗਨੀਪਥ ਯੋਜਨਾ ਸਸ਼ਾਸਤਰ ਬਲਾਂ ਕੀ ਮਜ਼ਬੂਤ ਬਣਾਉਣੇ ਤੇ ਉਹਨਾਂ ਕੀ ਪਵਿੱਖਤੀ ਚੁਣੌਤੀਆਂ ਲਈ ਤਿਆਰ ਕਰਨੇ ਚ ਗੇਮ ਚੇਂਜਰ ਸਾਬਤ ਹੋਗ ਉਦਮਪੁਰ ਸਿਰਨਾਗਰ ਬਾਰਾਮੂਲਾ ਰੇਲ ਮਾਰਗ ਪੂਰੇ ਹੋਣੇ ਦੇ ਕੋਲ ਕੋਲ ਪਹਿਲੇ ਤ੍ਰੈ ਚਰਨ ਪੂਰੇ ਇਸ ਬਾਰੇ ਦੇ ਮੁਖਨੇ ਧੋੜੇ ਕਸ਼ਮੀਰ ਦੇ ਰੇਲ ਰੈਲ ਦੇਸ਼ ਤੇ ਬਾਕੀ ਇਸੇ ਕੰਨੇ ਜੁੜੀ ਜਾਣੇ ਦੀ ਮੀਦ ਨਿਯਵਾਚਨ ਅਯੋਗ ਨੇ ਰਿਮੋਟ ਵੋਟਿੰਗ ਮਸ਼ੀਨ ਦੇ ਬਾਰੇ ਚ ਚਰਚਾ ਤੇ ਇਹਦੇ ਪ੍ਰਦਰਸ਼ਨ ਲਈ ਅੱਜ ਸਾਰੇ ਰਾਸ਼ਟਰੀ ਰਾਜਨੀਤਿਕ ਦਲਾਂ ਕਾ ਨਿਮਤਪੂਰਨ ਬੈਠਕ ਲਈ ਤੇ ਜੰਮੂ ਕਸ਼ਮੀਰ ਚ ਮੌਸਮ ਆਮ ਤੌਰ ਉਪਰ ਸਾਫ ਰਿਹਾ ਪੰਥਿਆਲ ਚ ਪਸੀਆਂ ਪੋਣੇ ਕਨੇ ਜੰਮੂ ਸੇ ਨਗਰ ਰਾਸ਼ਟਰੀ ਜਰਨਲਿਸਟ ਗੱਡੀਆਂ ਦੀ ਆਉਜਾਈ ਲਈ ਬੰਦ ਮਹਿਕਮਾ ਮੌਸਮ ਨੇ ਆਉਂਦੇ 24 ਘੰਟੇ ਦੌਰਾਨ ਬੱਦਲ ਕਨੋ ਇਹ ਰੋਣੇ ਦੀ ਪੇਸ਼ گوئی ਕੀਤੀ ਹੈ ਤੇ ਉਨ ਖਬਰਾਂ ਦੀ ਤਫਸੀਲ ਕਨੇ ਜਗਮਨ ਸ਼ਰਮਾ प्रधानमंत्री नरेंद्र मोदी हो वीडियो होीडियो कॉफ्रेंसिंग राय त्रे तो सेनाएं अग्निवीरें पहले बैच की संबोधित कीता किया जे बदलाव वाली नीति भारतीय सशस्त्र बलों की मजबूत बनाने उ भविष्य दिए चुनौतियों लिए तैयार करने च गेम चेंजर साबित होग युवाएं तग्निवीरें की समर्थ की सराहना करते हुए जे अग्निवीर इकवीं सदी च देश की नेतृत्व देने हौसला दे समर्थ रखते हैं जे नम भारत नमें जोश ने भरोचे है सशस्त्र बलों आधुनिक आत्मनिर्भर बनाने के जतन जा करते न। अपने संबोधन प्रधानमंत्री ने दस अग्निवीर योजना किस चाली महिलाएं और सशक्त बनाग प्रधानमंत्री हो ने सेनाएं च महिला अग्निवीरें शमूलियत दिखने उत्सुक न G20 ਚ ਭਾਰਤ ਦੀ ਪ੍ਰਧਾਨਤਾ ਤਹਿਤ G20 ਆਧਾਰਭੂਤ ਕਾਰਜ ਸਮੂਹੀ ਦੋ ਦਿਨਾਂ ਦੀ ਬੈਠਕ ਅੱਜ ਪੁਣੇ 'ਚ ਸ਼ੁਰੂ ਹੋਈ। ਇਸ ਬੈਠਕ 'ਚ ਮੁੱਖ ਤੌਰ 'ਤੇ ਵਿੱਤੀ ਨਗਰਹਾ ਸਮਾਗਮ, ਧ੍ਰਿੜ ਤੇ ਟਿਕਾਊ ਵਿਸ਼ੇ ਪਰ ਚਰਚਾ ਕੀਤੀ ਜਾਦੀ ਹੈ। ਇਸ ਬੈਠਕ 'ਚ ਸ਼ੇਅਰ ਕੀ ਵਿਕਾਸਦਾ ਆਰਥਿਕ ਕੇਂਦਰ ਬਣਾ ਲੈ ਤੇ ਕਈ ਪਹਿਲੂ ਹੈ ਸ਼ਹਿਰੀ ਬੁਨਿਆਦੀ ਢਾਂਚੇ ਲਈ ਵਿੱਤੀ ਸਹਾਇਤਾ ਉਪਲਬਧ ਕਰਵਾਉਣੇ, ਊਰਜਾ ਦੇ ਖੇਤਰ 'ਚ ਆਤਮਨਿਰਭਰਤਾ ਤੇ ਪਰਿਆਵਰਣ ਸਰਬੰਧੀ ਆਧਾਰਬੂਤ ਤਾਂ ਜੇ ਤੇ ਸਮਾਜਿਕ ਨਾ ਬਰੋਬਰੀ ਘਟ ਕਰਨੇ ਜਿਹਨੇ ਮੁੱਦੇ ਪਰ ਮਤਾ ਜ਼ੋਰ ਦਿੱਤਾ ਜਾਗ। ਲੋਕੇ ਭੱਲਿਆਂ ਲੋਕੇ ਦੇ ਦਰਮਿਆਨੇ ਦਰਜੇ ਦੇ ਉਦਯੋਗੀਆਂ ਵਾਲੇ ਮਹਿਕਮੇ ਦੇ ਮੰਤਰੀ ਨਾਰਾਇਣ ਰਾਣਿਓ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਸਰਕਾਰ ਭਾਰਤ ਦੀ ਪੰਜਵੀਂ ਸਾਰੇ ਸ਼ਬੱਡੀ ਅਰਥਵਸਥਾ ਬਣਾਉਣੇ ਲਈ ਪੂਰਾ ਜ਼ੋਰ ਲਾ ਕਰਦੀ ਹੈ ਵਿੱਤ ਮੰਤ్రਾਲੇ ਦੇ ਆਰਥਿਕ ਕਾਰਜ ਵਿਭਾਗ ਦੇ ਨਿਰਦੇਸ਼ਕ ਅਮਨ ਗਰਗੋਰਿੰਦਸਿਆ ਜੀ ਜੀ 20 ਤੇ 13 ਦੇਸ਼ਾਂ ਦੇ ਸੱਦੇਕੇ ਦੇ ਪ੍ਰਤੀਨਿਧੀ ਇਸ ਬੈਠਕਾ ਚ ਚਰਚਾ ਕਰਾ ਕਰਦੇ ਨੇ ਉਦੰਪੁਰ ਸਿਰਨਾਗਰ ਬਾਰਾਮੂਲਾ ਰੇਲ ਲਿੰਕ ਦਾ ਕੰਮ 90% ਮੁਕੰਮਲ ਹੋ ਚੁਕਿਆ ਹੈ ਇਸ ਪ੍ਰੋਜੈਕਟ ਦਾ ਮਕਸਦ ਕਸ਼ਮੀਰ ਪ੍ਰਾਂਤ ਆਗਿਰ ਰੇਲ ਰਾਈ ਮਲਕਾ ਦੇ ਬਾਕੀ ਸੈਕਟਰ ਨੂੰ ਜੋੜਨਾ ਹੈ ਰੇਲ ਮੰਤਰਾਲੇ ਮੁਜਬ ਇਸ ਪ੍ਰੋਜੈਕਟ ਦੇ ਪਹਿਲੇ ਤ੍ਰੈ ਗ੍ਰੇਡ ਮੁਕੰਮਲ ਕਰ ਲਾਤੇ ਗਏ ਦਿਨ ਤੇ ਉਹਨੇ ਮਾਤਵਕਾਂਕਸ਼ੀ ਪ੍ਰੋਜੈਕਟ ਤੋੜ ਚੜ੍ਹਨੇ ਦੇ ਕੋਲ ਕਾਲ ਹੈ ਕਟਰਾਤ ਬਨਾਲ ਬੁਸ਼ਕਾਰੀ 111 ਕਿਲੋਮੀਟਰ ਰਸਤੇ 'ਚ ਕਠਨ ਭੂਗੋਲਿਕ ਚੁਣੌਤੀਆਂ ਦੇ ਬਾਵਜੂਦ ਵੀ ਕੰਮ ਮਤੀ ਤੇਜ਼ੀਆ ਕਰਨੇ ਜਾ ਰਹੀ ਹੈ। ਇਸ ਦੇ ਇਲਾਵਾ 21 ਵੱਡੇ ਤੇ 11 ਲੋਕੇ ਪੁਲਾਂ ਦਾ ਨਿਰਮਾਣ ਕੰਮ ਵੀ ਪੂਰਾ ਕਰ ਲਿਆਤਾ ਗਿਆ ਹੈ ਤੇ ਉਮੀਦ ਹੈ ਜੇ 2023 ਬਰੇ ਦੇ ਖੀਰੇ ਤੋੜੀ ਕਸ਼ਮੀਰ ਕਾਟੀ ਦਾ ਰੇਲ ਰਾਇ ਮੁਲਕਾ ਦੇ ਬਾਕੀ ਸਿਕਨੇ ਸਿੱਧਾ ਸੰਪਰਕ ਕਾਇਮ ਹੋ ਜਾਗ। ਨਿਰਵਾਚਨ ਆਯੋਗ ਨੇ ਰਿਮੋਟ VOTING ਮਸ਼ੀਨ ਦੇ ਬਾਰੇ ਚ ਚਰਚਾ ਤੇ ਇਹਦੇ ਪ੍ਰਦਰਸ਼ਨ ਲਈ ਅੱਜ ਸਾਰੇ ਰਾਸ਼ਟਰੀ ਰਾਜਨੀਤਿਕ ਦਲਾਂ ਕਰਨੇ ਮਹੱਤਵਪੂਰਨ ਬੈਠਕ ਲਈ ਇਹਦੇ ਚ ਤਕਨੀਕੀ ਮਾਹਿਰ ਵੀ ਉਪਸਥਿਤ ਥੇ ਆਯੋਗ ਨੇ ਆਪਣੇ ਕਰਮਚਾਰੀ ਦੂਰ ਰਵਾਂ ਕਰਦੇ ಮತਦਾਤਾਾਂ ਲਈ ਰਿਮੋਟ ਵੋਟਿੰਗ ਦੀ ਵਿਵਸਥਾ ਸ਼ੁਰੂ ਕਰਨ ਦਾ ਪ੍ਰਸਤਾਵ ਕੀਤਾ ਹੈ। ਇਹਦੇ ਲਈ ਬਹੁ-ਨਿਰਵਾਚਨ ਖੇਤਰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦਾ ਇਸਤੇਮਾਲ ਕੀਤਾ ਜਾਗ ਜੇਕਰ ਮੌਜੂਦਾ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਵਰਗੇ ਪੂਰੀ ਚਾਲੀ ਸੁਰੱਖਿਤ ਹੋਗ। ਆਯੋਗ ਨੇ ਇਹਦੇ ਲਈ ਕਾਨੂੰਨ 'ਚ ਜ਼ਰੂਰੀ ਬਦਲਾਅ ਪ੍ਰਸ਼ਾਸਨਿਕ ਪ੍ਰਕਿਰਿਆ ਤੇ ਮਤਦਾਨ ਦੇ ਤਰੀਕਿਆਂ ਦੇ ਬਾਰੇ 'ਚ ਸਾਰੇ ਦਲੇਸ਼ਾਂ 31 ਜਨਵਰੀ ਤੱਕ ਆਪਣੇ ਸੁਝਾਅ ਦੇਣੇ ਦਾ ਅਨੁਰੋਧ ਕੀਤਾ ਹੈ। जम्मू कश्मीर पुलस मीडिया आलें की अपील की राजौरी जिले च आतंकवादियों के दिखे जाने बारे खबर चलाने सवे पर पुलस आख इस चाली की जानकारी छापना या सझा करना उ जारी आतंकवाद खिलाफ अभियान की नुकसान सकता है ध्यान भोग है ज पहली जनवरी की राजौरी जिले के टांगरी ग्रांच आतंकवादियों त्रं घरें पर गोलीबारी करिय सत् जने की हत्या करी मगरा इलाके इस हमले की अंजाम देने आतंकवादियों की केपने लिए बड़े पैमाने पर अभियान जारी है मार्क्सवादी कम्युनिस्ट पार्टी सीपीआईएम ने जम्मू कश्मीर सरकार अग्न मंग की थी है कि हैकारी जमीय परा कब्जे हटाने सबंधी ह्कम वापस लैता जा पार्टी ने दावा किया है जंया करने हजारा बदले लोग बेघर हो जान रईबाई कई अधिकार भी उ कोला खुशी लै जान सीपीआईएम नेता मोहम्मद यूसुफ तारीगामी हो दोष लाया प्रशासन गरीब लोगों को उन् अधिकार खुशी होने की बेकार ते बेसारा खुस्सिए दी है जड़ी जे एक बड़ी माड़ी गल है की जे इस की तुरंत रद्द कर जम्मू कश्मीर प्रदेश कांग्रेस कमेटी ने भी जम्मू के प्रेस क्लब के बारे सरकार खिलाफ विरोध प्रदर्शन किया यह प्रदर्शन सकारारसया जारी सरकारी जमी पर कब्जे हटाने आए फैसले पर मांग की परताने की मंगे लेता गये प्रदर्शनकार एल जी प्रशासन खिलाफ नारेबाजी की दोष लाया जम्मू कश्मीर के गरीब तबोए लतड़ोए के लोगों खिलाफ काम कम कराती है सरकार पर जोर भर ज गरीब कमजोर तबके लोगें लौके करसाने हितै ਇਕ ਵਿਸ਼ੇਸ਼ ਸਾਫ ਤੇ ਪਾਰਦਰਸ਼ੀ ਨੀਤੀ ਤਿਆਰ ਕੀਤੀ ਜਾ। ਟੁਆਇਨ ਡੈਮੋਕ੍ਰੈਟਿਕ ਆਜ਼ਾਦ ਪਾਰਟੀ ਨੇ ਵੀ ਇਸ ਮੁੱਦੇ 'ਤੇ ਇਹ ਜੰਮੂ 'ਚ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਹੁਕਮ ਕੀ ਪਰਤਾਣੇ ਦੀ ਵੀ ਜ਼ੋਰਦਾਰ ਮੰਗ ਕੀਤੀ। ਇਹ ਖਬਰਾਂ ਤੋਂ ਆਕਾਸ਼ਵਾਣੀ ਜੰਮੂ ਪ੍ਰਸਾਰਣ ਆਦਿਓ। ਬਾਕੀ ਦੀਆਂ ਖਬਰਾਂ ਕਰਨੇ ਚੰਦਰਕਾਂਤ ਸ਼ਰਮਾ। ਦੇਸ਼ਾਂਚੇ ਚਲਾਇ ਜਾ ਰਹੇ ਟਿਕਾਕਰਨ ਮੁਹਿੰਮ ਤਹਿਤ ਅਜਿੰਤੂ ਦੀ ਦੇਸ਼ਾਂਚੇ ਕੋਈ 220 ਕਰੋੜ 17 ਲੱਖ ਸ਼ਬਦ ਕੋਵਿਡ ਵੈਕਸੀਨ ਦੀਆਂ ਖੁਰਾਕਾਂ ਅਲੋਕਾਂ ਗਈ ਲੈ ਦਿੱਤੀਆਂ ਜਾ ਚੁਕੀਆਂ। ਦੇਸ਼ ਵਿੱਚ ਇਸ ਲਈ ਨਰੋਏ ਉਹਨੇ ਦੀ ਦਰ 98.80% ਹੈ ਜਿਸ ਲਈ ਕਿ ਪਿਛਲੇ 24 ਘੰਟੇ ਦੌਰਾਨ ਭਾਰਤ ਵਿੱਚ ਕੋਰੋਨਾ ਵਾਇਰਸ ਦੇ 114 ਨਵੇਂ ਮਾਮਲੇ ਦਰਜ ਕੀਤੇ ਗਏ ਨੇ ਤੇ ਇਸ ਅਵਧੀ ਦੌਰਾਨ 208 ਜਨੇ ਇਸ ਬਿਮਾਰੀ ਥਮਾ ਠੀਕ ਵੀ ਹੋਏ ਗਏ ਨੇ ਇਸ ਲਈ ਦੇਸ਼ ਵਿੱਚ ਕੁੱਲ ਸਰਗਰਮ ਕੋਵਿਡ ਮਾਮਲੇ ਦੀ ਗਿਣਤੀ 2119 ਹੈ ਸੰਸਦ ਦਾ ਬਜਟ ਵਾਲਾ اجلاس ਇਸ ਮਹੀਨੇ ਦੀ 31 ਤਾਰੀਖ ਤੋਂ ਸ਼ੁਰੂ ਹੋਊਗਾ ਤੇ 1 ਫਰਵਰੀ ਕੇਂਦਰ ਸਰਕਾਰ ਆਪਣਾ ਬਜਟ ਪੇਸ਼ ਕਰ ਸਕਦੀ ਹੈ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਦੇ ਆਸਿਆ ਸੰਸਦ ਦੇ ਦੋਨੇ ਸਦਨੇ ਕੀ ਸਾਂਝੇ ਤੌਰ ਉਪਰ ਸੰਬੋਧਿਤ ਕਰਨ ਦੇ ਕੰਨੇ ਇਸ اجلاس ਦੀ ਸ਼ੁਰੂਆਤ ਹੋਈ ਜਾਗ اجلاس ਦੇ ਪਹਿਲੇ ਤਿਹਾੜੇ ਦੋਨੇ ਸਦਨੇ ਚ ਆਰਥਿਕ ਸਰਵੇਖਣ ਪਟਲ ਉਪਰ ਰੱਖਿਆ ਜਾਗਾ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਹੋਰ 1 ਫਰਵਰੀ ਦੀ 2023-2024 बरेली आम बजट पेश करने की जानकारी मुताबिक केंद्रीय खजाना मंत्रालय ने केंद्रीय गृह मंत्रालय की आखी पे जय जय संसदीय मंजूरी आस्ते ओ आमदे माली बरेली जम्मू कश्मीर आस्ते बजट प्रस्ताव पेश करा बजटला ए اجلاس इस बरे 6 अप्रैल तक चलने दी उम्मीद है जिस दौरान कुल 68 दिन के दौरान ए दिया कुल स्थाई बैठकें लुवाई जाएंगी संसदीय मामले के मंत्री प्रहलाद जोशी ने जानकारी दी है 14 फरवरी से 12 मार्च तक कर सदन की कार्रवाई का बफरोग ਇਸ ਵਕਫੇ ਦੌਰਾਨ ਮੈਂਕਮੇ ਕਨੇ ਸਰਬੰਦੇ ਸੰਸਦੀਆਂ ਸਤਾਈ ਕਮੇਟੀਆਂ ਅਨੁਦਾਨ ਮੰਗਿਓਂ ਪਰ ਗੌਰ ਕਰੀਏ ਆਪਣੇ ਮੰਤਰਾਲੇ ਤੇ ਮੈਂਕਮੇ ਮੁਤਲਕ ਰਿਪੋਰਟਾਂ ਤਿਆਰ ਕਰਗਨ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜ ਕਰਨੀ ਦੀ ਬੈਠਕ ਅੱਜ ਨਵੀਂ ਦਿੱਲੀ ਚ ਸ਼ੁਰੂ ਹੋਈ ਦੋ ਦਿਨਾਂ ਤੱਕ ਚੱਲਣ ਵਾਲੀ ਇਸ ਬੈਠਕ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਦੇ ਰਾਸ਼ਟਰੀ ਅਧਿਕਾਰੀ ਜੀ ਪੀ ਨਾਡਾ ਸਨ ਕਈ ਕੇਂਦਰੀ ਮੰਤਰੀ ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ਵਾਲੇ ਰਾਜਾਂ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਕਈ ਸੀਨੀਅਰ ਨੇਤਾ ਸ਼ਾਮਲ ਹੋਰ ਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਕੱਲ ਮੰਗਲਵਾਰ ਨੂੰ ਬੈਠਕ ਦੇ ਸਮਾਪਨ ਸਤਰ ਕੀ ਸੰਬੋਧਿਤ ਕਰਨਗੇ ਇਸ ਬੈਠਕ ਚ ਐਨਡੀਐਮਸੀ ਸੰਮੇਲਨ ਕੇਂਦਰ ਉਪਰ ਸੁਸ਼ਾਸਨ ਸਾਰਿਆਂ ਸਾ ਪਹਿਲੇ ਸਮਾਵੇਸ਼ੀ ਤੇ ਸਸ਼ਕਤ ਭਾਰਤ ਤੇ ਵਿਸ਼ਵ ਗੁਰੂ ਭਾਰਤ ਸਮੇਤ 6 ਵੱਖ-ਵੱਖ ਵਿਸ਼ਿਆਂ ਪਰ ਇੱਕ ਵਿਸ਼ਾਲ ਨਮੈਸ਼ ਵੀ ਲਵਾਈ ਗਈ ਹੈ ਬੈਠਕ ਸੇ ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਦੁਪਹਿਰੀ ਮਗਰਾ ਪਟੇਲ ਚੌਕ ਸ਼ਾ ਸੰਸਦ ਮਾਰਗ ਤੱਕ ਰੋਡ ਸ਼ੋ ਵੀ ਆਯੋਜਿਤ ਕੀਤਾ ਵਿਸ਼ਵ ਆਰਥਿਕ ਮੰਚ WEF ਦੀ ਤਰੁੰਜਮੀ ਸਾਲਾਨਾ ਬੈਠਕ ਅੱਜ ਸਵਿਟਜ਼ਰਲੈਂਡ ਦੇ ਦਾਵੋਸ ਚ ਸ਼ੁਰੂ ਹੋਈ ਗਈ ਹੈ ਜੇ ਕਿ ਇਸ ਮੇਨ ਦੀ 20 ਤਾਰੀਖ ਤੱਕ ਚੱਲੇਗੀ ਇਸ ਬੈਠਕ 'ਚ ਮਾਹਿਰ, ਸ਼ਖਸ਼ੇਵਦਨ ਵਿਸ਼ੇਸ਼ਕਰਤਾ, ਸਿਆਸੀ ਦਲ ਤੇ ਕਾਰੋਬਾਰੀ ਨੇਤਾ ਦੁਨੀਆ ਦੀ ਕਈ ਮੁਸ਼ਕਲ ਸਮੱਸਿਆਵਾਂ ਦੇ ਨਿਵੇੜੇ ਲਈ ਆਪਣੇ-ਆਪਣੇ ਵਿਚਾਰ ਸਾਂਝਾ ਕਰਨ। ਇੰਦੇ 'ਚ ਰੂਸ-ਜੁਕਰੇਨ ਸੰਕਟ, ਵਿਸ਼ਵਿਕ ਮੋਦਰਾ ਸਫੇਤੀ, ਜਲਵਾਯੂ ਬਦਲਾਵ ਤੇ ਇਹਨੇ ਸਾਰੀ ਸਮੱਸਿਆਵਾਂ ਦੇ ਨਵੇਂ ਤਰੀਕੇ ਕੰਨੇ ਅਲਤੁਪੀ ਕਰਨ ਦੀ ਯਤਨ ਕੀਤੇ ਜਾਣਗਣ। ਇਸ ਸਾਲਾਨਾ ਬੈਠਕ 'ਚ ਪਾਰ ਦੇ ਵੀ ਟਿਕੋਦੀ ਤੇ ਅਸਰਦਾਰ ਇਸਦਾਰੀ ਦੀ ਮੀਦ ਕੀਤੀ ਜਾਦੀ ਹੈ। ਜੰਮੂ ਕਸ਼ਮੀਰ 'ਚ ਅੱਜ ਮੌਸਮ ਆਮ ਤੌਰ 'ਤੇ ਖੁਸ਼ਕ ਰਿਹਾ ਜੰਮੂ ਪ੍ਰਾਂਤ ਅੱਜ ਅੱਜ ਪੂਰੀ ਚਾਲੀ ਤਿਹਾੜੀ ਨਿੰਬਲ ਰਿਹਾ ਜਿਸ ਲਈ ਕਿ ਕਸ਼ਮੀਰ ਘਾਟੀ ਦੇ ਮਤੇ ਸਾਰੇ ਹਿੱਸੇ 'ਚ ਝੜ ਬਣੇ ਦਾ ਰਿਹਾ ਘਾਟੀ 'ਚ ਠੰਗਰੂ ਦਾ ਪ੍ਰਕੋਪ ਅਜੇ ਵੀ ਬਰੋਬਰ ਬਣੇ ਦਾ ਹੈ ਉੱਥੇ ਘਟੂ ਘਟ ਤਾਪਮਾਨ ਅਜੇ ਵੀ ਸਿਫਰ ਕੋਲਾ ਐਟ ਚਲਾਰਦਾ ਹੈ ਤੋਂ ਇਹ ਜੰਮੂ ਪ੍ਰਾਂਤ ਅੱਜ ਬੜਲੇ ਤੇ ਰਾਤੀ ਲਈ ਠੰਡ ਮਤੀ ਬਤੀ ਜਾਂਦੀ ਹੈ ਜੰਦੀ ਰਾਤੀ ਜੰਮੂ 'ਚ ਘਟੂ ਘਟ ਤਾਪਮਾਨ 4.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਿਸ ਲਈ ਕਿ ਅੱਜ ਦਿਨ ਦਾ ਬਦੁਬਾ ਤਾਪਮਨ 14 ਡਿਗਰੀ ਸੈਲਸੀਅਸ ਰਿਹਾ ਹੈ ਮੌਸਮ ਵਿਭਾਗ ਨੇ ਅੰਤ 24 ਘੰਟੇ ਦੌਰਾਨ ਵੀ ਜੰਮੂ ਪ੍ਰਾਂਤ ਵਿੱਚ ਮੌਸਮ ਆਮ ਤੌਰ ਪਰ ਸਾਫ਼ ਤੇ ਤੁਆਇ ਕਸ਼ਮੀਰ ਕਾਟ ਵਿੱਚ ਬੱਦਲ ਕਨੋਏ ਦੀ ਰੋਣੇ ਦੀ ਪੇਸ਼ਕਸ਼ ਕੀਤੀ ਦੀ ਹੈ ਜੰਮੂ ਕਸ਼ਮੀਰ ਦੇ ਛਿਹਰੇ ਇਲਾਕਿਆਂ ਵਿੱਚ ਕੱਲ ਬੱਦਲੇ ਤੁੰਦ ਪੋਣੇ ਦੀ ਮੇਧ ਕੀਤੀ ਜਾ ਰਹੀ ਹੈ ਰਾਂਬਨ ਜ਼ਿਲ੍ਹੇ ਚ ਪੰਥਿਆਲ ਥਰ ਇੱਕ ਪਸੀ ਪੋਣੇ ਕਾਰਨ ਜੰਮੂ ਸ਼ਹਿਰ ਨਗਰ ਰਾਸ਼ਟਰੀ ਜਨਾਲੀ ਸੜਕਾ ਪਰ ਗੱਡੀਆਂ ਦੀ ਆਉਜਾਈ ਬੰਦ ਹੈ ਜਿਹਦੇ ਕਾਰਨ ਸੈਂਕੜੇ ਬੱਧੀਆਂ ਗੱਡੀਆਂ ਬੱਤਾ ਫਸੀ ਦੀਆਂ ਪਾੜੇ ਪਰਾ ਪੋਣੇ ਵਾਲੇ ਕੁਪੜੇ ਕੋਲਾ ਬਚਾ ਲਈ ਬਣਾਈ ਗਈ ਦੀ ਲੋਹੇ ਦੀ ਟਨਲ ਕੀ ਵੀ ਇਹਦੇ ਕੰਨੇ ਮਤਾ ਨੁਕਸਾਨ ਪੁਝਾਈ ਹੈ ਸੜਕਾ ਪਰ ਮਲਬਾ ਹਟਾਉਣੇ ਤੇ ਰਸਤਾ ਸਾਫ ਕਰਨੇ ਲਈ ਮਸ਼ੀਨਾ ਤੇ ਅਮਲਾ ਕੰਮ ਪਰ ਲਾਇਆ ਦੇ ਹੈ тия ਖੀਰਾ ਚ ਖਾਸ ਖਾਸ ਖਬਰਾਂ ਕੁਰੀ ਪੜਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਤਰੋਨੇ ਸੈਨਾਏ ਦੇ ਅਗਨੀ ਵੀਰੇ ਦੇ ਪਹਿਲੇ ਬੈਚ ਕੀ ਸੰਬੋਧਿਤ ਕੀਤਾ ਉਹਨੇ ਆਖਿਆ ਜ ਅਗਨੀ ਪਥ ਯੋਜਨਾ ਸਸ਼ਸਤਰ ਬਲੇਂ ਕੀ ਮਜ਼ਬੂਤ ਬਣਾਨੇ ਤੇ ਉਹਨੇ ਕੀ ਭਵਿੱਖ ਦੇ ਚੁਣੌਤੀਆਂ ਲਈ ਤਿਆਰ ਕਰਨੇ ਚ ਗੇਮ ਚੇਂਜਰ ਸਾਬਤ ਹੋਗ ਉਦੰਪੁਰ ਸੇ ਨਗਰ ਬਾਰਾਮੂਲਾ ਰੇਲਮਾਰਗ ਪੂਰੇ ਹੋਨੇ ਦੇ ਕੋਲ ਕੋਲ ਪਹਿਲੇ ਤ੍ਰੈ ਚਰਨ ਪੂਰੇ ਇਸ ਪਰ ਇਹ ਮੁਕਨੇ ਥੋੜੀ ਕਸ਼ਮੀਰ ਦੇ ਰੇਲ ਰਾਂ ਦੇਸ਼ਾ ਦੇ ਬਾਕੀ ਸਿੰਕਨੇ ਜੁੜੀ ਜਾਣੇ ਦੀ ਮੀਦ ਹੈ ਨਿਰਵਾਚਨ ਆਯੋਗ ਨੇ ਰਿਮੋਟ ਵੋਟਿੰਗ ਮਸ਼ੀਨ ਦੇ ਬਾਰੇ ਚ ਚਰਚਾ ਤੇ ਪ੍ਰਦਰਸ਼ਨ ਲਈ ਅੱਜ ਸਾਰੇ ਰਾਸ਼ਟਰੀ ਰਾਜਨੀਤਿਕ ਦਲ ਨੇ ਮਤ ਪੂਨ ਬੈਠਕ ਲਾਈ ਜੰਮੂ ਕਸ਼ਮੀਰ ਵਿੱਚ ਮੌਸਮ ਆਮ ਤੌਰ 'ਤੇ ਅੱਜ ਸਾਫ਼ ਰਿਹਾ ਪੰਥਿਆਲ 'ਚ ਪੱਸੀਆਂ ਪਾਉਣੇ ਕਨੇ ਜੰਮੂ ਸਿਨਗਰ ਰਾਸ਼ਟਰੀ ਜਨਰਲਿ ਸ਼ਿੜਕ ਗੱਡੀਆਂ ਦੀ ਆਉਜਾ ਲਈ ਬੰਦ ਬੈਕਮਾ ਮੌਸਮ ਨੇ ਆਨ ਦਿ 24 ਘੰਟੇ ਦੌਰਾਨ ਬੱਦਲ ਕਨੋ ਰੋਣੇ ਦੀ ਪੇਸ਼ਕੋਈ ਕੀਤੀ ਹੈ ਇਹ ਦੇ ਕਨੇਗੇ ਖਬਰਿੰਦਾ ਇਹ ਬੁਲੇਟਿਨ ਸਮਾਪਤ ਹੋਆ